2544 रुपये प्रिंट ते 419 रुपए का मिलता जी 419 रुपए साढ़े कोले ना वेखो तुहाडी सोशल मीडिया की ताकत 2544 रुपए का इंजैक्शन ਸਾਡੇ ਕੋਲ ਚੰਡੀਗੜ੍ਹ ਤੋਂ ਵੀਰ ਆਇਆ ਤੁਸੀਂ ਵੀਡੀਓ ਸ਼ੇਅਰ ਕੀਤੀ ਚੰਡੀਗੜ੍ਹ ਤੋਂ ਵੀਰ ਆਇਆ ਉਹ ਰੋ ਪਿਆ ਇੱਥੇ ਆ ਕੇ ਰੋ ਪਿਆ ਆ ਉਹ ਆਂਦਾ ਯਾਰ ਵੀ ਚੰਡੀਗੜ੍ਹ ਦੇ ਵਿੱਚ ਸਾਨੂੰ ਸਾਡਾ ਘਰ ਦਾ ਮਰੀਜ਼ ਹੈ ਸਾਡੇ ਕੋਲ ਪੈਸੇ ਨਹੀਂ ਤੁਹਾਡੀ ਵੀਡੀਓ ਵੇਖੀ ਸੀ ਤੁਸੀਂ 419 ਰੁਪਏ ਦਾ ਟੀਕਾ ਦੇ ਰਹੇ ਜੇ 419 ਰੁਪਏ ਦਾ ਯਾਰ ਅਸੀਂ ਤਾਂ ਰੌਲਾ ਪਾਉਂਦੇ ਹਾਂ ਸਾਨੂੰ ਕੁਝ ਨਾ ਕਰਨ ਇਹ ਲੀਡਰ ਘੱਟੋ ਘੱਟ ਸੇਵਾ ਕਰਨ ਦੇ ਦੇਣ ਅਸੀਂ ਸੰਗਤ ਜੀ ਮਹਾਰਾਜ ਕਿਰਪਾ ਕਰੇ ਕੱਲੀ ਕੱਲੀ ਚੀਜ਼ ਗੁਰੂ ਨਾਨਕ ਦੇ ਮੋਦੀ ਖਾਨੇ ਜਿਹੜੇ ਭਾ ਆਊਗੀ ਉਸੇ ਭਾ ਜਾ ਕੱਲ ਦੀ ਇੱਕ ਵੀਡੀਓ ਬੜੀ ਚੱਲ ਰਹੀ ਹੈ ਫੇਸਬੁੱਕ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੋਦੀ ਖਾਨੇ ਦੇ ਨਾਮ ਤੇ ਕਿ ਦਵਾਈਆਂ ਜਿਹੜੀਆਂ ਉੱਥੇ ਬਹੁਤ ਸਸਤੀਆਂ ਮਿਲ ਰਹੀਆਂ ਮੈਂ ਉਹ ਭਾ ਜੀ ਦਾ ਥੈਂਕਸ ਵੀ ਕਰਨਾ ਚਾਹਾਂਗੀ ਕਿ ਜਿਹੜਾ ਫੇਸਬੁੱਕ ਸਾਨੂੰ ਮਿਲਿਆ ਰਸਤਾ ਬਹੁਤ ਵਧੀਆ ਇਸ ਕਰਕੇ ਹੈ ਕਿ ਆਪਣੀ ਗੱਲ ਅਸੀਂ ਵਰਲਡ ਵਾਈਡ ਪਹੁੰਚਾ ਸਕਦੇ ਹਾਂ ਜਿਸ ਤਰ੍ਹਾਂ ਤੁਹਾਡੇ ਨਾਲ ਫਰੈਂਡ ਜੁੜੇ ਆ ਜਿੱਦਾਂ ਤੁਸੀਂ ਅੱਗੇ ਕਿਸੇ ਸ਼ੇਅਰ ਕਰਦੇ ਜੇ ਲੇਕਿਨ ਇਹਦੇ ਵਿੱਚ ਮੈਂ ਤੁਹਾਡੀਆਂ ਜ਼ਰੂਰ ਇੱਕ ਤੁਹਾਡੀ ਸਲਾਹ ਲੈਣਾ ਚਾਹਾਂਗੀ ਮੈਡੀਸਨ ਦਾ ਕੰਮ ਅਸੀਂ ਵੀ ਕਰਦੇ ਹਾਂ ਮੈਡੀਸਨ ਦਾ ਕੰਮ ਹਰ ਕੋਈ ਕਰਦਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਮੇਰਾ ਕੋਈ ਭਰਾ ਨਹੀਂ ਮੇਰੀ ਕੋਈ ਭੈਣ ਨਹੀਂ ਮੈਂ ਆਪਣੇ ਤੌਰ 'ਤੇ ਕੰਮ ਕਰ ਰਹੀ ਹਾਂ ਮੈਂ ਵੀ ਇੱਕ ਸਮਾਜ ਸੇਵਕ ਹਾਂ ਸੋਸ਼ਲ ਵਰਕ ਹਾਂ ਉਹ ਭਾਅ ਜੀ ਨੇ ਬੜਾ ਵਧੀਆ ਇੱਕ ਗੱਲ ਕੀਤੀ ਕਿ ਇੰਨੇ ਦੀ ਦਵਾਈ ਸਾਨੂੰ ਜੀ 103 ਪ੍ਰਿੰਟ ਆ 9 ਰੁਪਏ ਦੀ ਪੈਂਦੀ ਆ 2500 ਦਾ ਟੀਕਾ ਹੈ 450 ਦਾ ਪੈਂਦਾ ਮੈਂ ਜ਼ਿਆਦਾ ਕੁਛ ਨਹੀਂ ਪੁੱਛਣਾ ਚਾਹਾਂਗੀ ਕਿਉਂਕਿ ਮੈਨੂੰ ਨਹੀਂ ਪਤਾ ਕਿਸੇ ਨੇ ਉਹ ਵੀਡੀਓ ਦੇਖੀ ਜਾਂ ਨਹੀਂ ਦੇਖੀ ਬਟ ਮੈਂ ਇੱਕ ਸੋਸ਼ਲ ਵਰਕ ਨਾਲ ਜੁੜੀ ਹੋਈ ਹਾਂ ਇਹਦੇ ਨਾਲ ਫੇਸਬੁੱਕ ਨਾਲ ਮੈਂ ਜਦੋਂ ਵੀਡੀਓ ਦੇਖੀ ਦੇਖੋ ਅਸੀਂ ਜਦੋਂ ਇੱਕ ਲਾਈਨ ਵਿੱਚ ਤੁਰਦੇ ਹਾਂ ਚਾਹੇ ਉਹ ਕੰਮ ਕੋਈ ਵੀ ਹੋਵੇ ਅਸੀਂ ਕਿਸੇ ਨੂੰ ਸਾਡਾ ਇਹ ਹੱਕ ਨਹੀਂ ਹੈਗਾ ਕਿਸੇ ਨੂੰ ਗਲਤ ਉਂਗਲ ਕਰਨ ਦਾ ਅਸੀਂ ਇਸ ਹੱਕ ਦੇ ਜਿਹੜੇ ਆ ਹੱਕਦਾਰ ਨਹੀਂ ਹੈਗੇ ਗੱਲ ਦੇ ਜਦੋਂ ਭਾਅ ਜੀ ਨੇ ਕੁਝ ਦਵਾਈਆਂ ਦਿਖਾਈਆਂ ਮੇਰੇ ਮਨ ਵਿੱਚ ਇੱਕ ਗੱਲ ਆਈ ਕਿ ਭਾਅ ਜੀ ਨੇ ਡਿਸਪਲੇ ਦੇ ਪਿੱਛੇ ਬੱਚਿਆਂ ਦੇ ਪਾਊਡਰ ਲਾਏ ਹੋਏ ਆ ਲੈਕਟੋਜਨ ਦਾ ਪਾਊਡਰ ਆ ਬੱਚਿਆਂ ਦੇ ਜੌਨਸਨ ਬੇਬੀ ਦੇ ਪਾਊਡਰ ਆ ਐਂਟੀਬਾਇਓਟਿਕ ਇੰਨਾ ਹਾਈ ਤੋਂ ਹਾਈ ਆਉਂਦਾ ਐਂਟੀਬਾਇਓਟਿਕ ਇੰਨੇ ਹਾਈ ਹਾਈ ਆ ਭਾਅ ਜੀ ਨੇ 5 ਦਵਾਈਆਂ ਦਿਖਾ ਕੇ ਮੈਂ ਉਹਨਾਂ ਨੂੰ ਗਲਤ ਨਹੀਂ ਕਹਿ ਰਹੀ ਹਾਂ ਉਹਨਾਂ ਨੂੰ ਉਹ ਪ੍ਰਾਈਜ਼ ਪੈਂਦਾ ਹੋਏਗਾ ਲੁਧਿਆਣੇ ਦੇ ਵਿੱਚ ਆਲਰੇਡੀ ਹੋਲਸੇਲ ਮਾਰਕੀਟ ਆ ਨਾ ਉਹਨਾਂ ਨੂੰ ਟਰਾਂਸਪੋਰਟ ਦਾ ਖਰਚਾ ਪੈਣਾ ਜੇ ਤੁਸੀਂ ਉਹਨਾਂ ਦੀ ਵੀਡੀਓ ਇੰਨੀ ਵਾਇਰਲ ਕੀਤੀ ਨਾ ਤਾਂ ਇਹ ਵੀ ਗੱਲ ਜ਼ਰੂਰ ਧਿਆਨ ਨਾਲ ਸੁਣਿਓ ਕਿ ਮੈਂ ਮੇਰੇ ਉਹ ਸਤਿਕਾਰਯੋਗ ਨੇ ਮੈਂ ਉਹਨਾਂ ਨੂੰ ਜਾਣਦੀ ਵੀ ਨਹੀਂ ਇਹ ਨਹੀਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ 'ਤੇ ਅਸੀਂ ਜੇ ਉਹਨਾਂ ਦਾ ਨਾਮ ਲੈ ਕੇ 13-13 ਉਹਨਾਂ ਨੇ ਸਾਡੇ ਇੱਕ ਮਤਲਬ ਬਚਪਨ ਤੋਂ ਲੰਗਰ ਦੀ ਸ਼ੁਰੂਆਤ ਕੀਤੀ ਸੀਗੀ ਅਤੇ ਮਹਾਰਾਜ ਦਾ ਨਾਮ ਲੈ ਕੇ ਆਪਾਂ ਜਿਹੜੀਆਂ ਇਹ ਉਂਗਲਾਂ ਚੁੱਕੀਏ ਕਿਸੇ 'ਤੇ ਮੈਨੂੰ ਨਹੀਂ ਲੱਗਦਾ ਇਹ ਸਾਡੇ ਦਾ ਸਾਡਾ ਜਿਹੜਾ ਇਮਾਨ ਧਰਮ ਹੈ ਇਹ ਆਵਾਜ਼ ਦੇਵੇਗਾ ਜਿਹੜੀ ਚੀਜ਼ ਮੇਰੇ ਕੋਲ ਹੁੰਦੀ ਹੈ ਜੇ ਮੈਨੂੰ ਪਤਾ ਹੈ ਕਿ ਇਹ 200 ਰੁਪਈਏ ਪ੍ਰਿੰਟ ਆ 170 ਦੀ ਆਈ 5 ਰੁਪਈਏ ਕਮਾਈ ਕੀਤੀ ਉਹ ਹਰ ਕੋਈ ਕਰਦਾ ਹੈ ਇਹ ਨਹੀਂ ਹੈ ਕਿ ਉਹ ਗੁਰੂ ਨਾਨਕ ਮੋਦੀ ਖਾਨਾ ਅਤੇ ਉਹਨਾਂ ਨੇ ਨਹੀਂ ਕਰਨੀ ਅੱਜ ਉਹ ਬੇਸ਼ੱਕ ਕਹਿ ਰਹੇ ਨੇ ਭਾਅ ਦੇ ਭਾਅ ਭਾਅ ਦੇ ਭਾਅ ਸਰ ਘਰੋਂ ਰੋਟੀ ਕਿਸੇ ਨੂੰ ਕੋਈ ਦਿੰਦਾ ਆਪਣੇ ਮੂੰਹ 'ਚੋਂ ਰੋਟੀ ਕੱਢ ਕੇ ਨਹੀਂ ਕਦੀ ਕੋਈ ਕਿਸੇ ਨੂੰ ਦਿੰਦਾ ਉਹ ਭਾਅ ਜੀ ਨੇ 5 ਦਵਾਈਆਂ ਵਿਖਾ ਦਿੱਤੀਆਂ ਅਸੀਂ ਪੂਰੀ ਦੀ ਪੂਰੀ ਸੋਸ਼ਲ ਜਿਹੜੀ ਹੈ ਨਾ ਮੀਡੀਆ ਭਰ ਛੱਡੀ ਉਹਨਾਂ ਨੇ ਆਪਣੇ MP ਨੂੰ ਗਲਤ ਬੋਲਿਆ ਮੈਨੂੰ ਨਹੀਂ ਪਤਾ ਉਹਨਾਂ ਦੀ ਕੀ ਉਹਨਾਂ ਨਾਲ ਰੰਜਿਸ਼ ਆ ਜਾਂ ਉਹ ਟਾਰਗੇਟ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਆਈ ਡੋਂਟ ਨੋ ਮੈਨੂੰ ਇਸ ਚੀਜ਼ ਬਾਰੇ ਨਹੀਂ ਪਤਾ ਮੈਂ ਇਸ ਕਰਕੇ ਲਾਈਵ ਹੋਈ ਹਾਂ ਕਿ ਸਾਡਾ ਅੰਮ੍ਰਿਤਸਰ ਆ ਗੁਰੂ ਦੀ ਨਗਰੀ ਆ ਗੁਰੂ ਰਾਮਦਾਸ ਜੀ ਦੀ ਜੇ ਇੱਥੇ ਹਜ਼ਾਰਾਂ ਮੈਡੀਕਲ ਸਟੋਰ ਆ ਜੇ ਇੱਥੇ ਕੋਈ ਗਲਤ ਕਰਦਾ ਪਰਮਾਤਮਾ ਉਹਨੂੰ ਦੇਖ ਰਿਹਾ ਜੇ ਅਸੀਂ
मैं खुद गलत कर रही हूँ, मैनू परमात्मा देख रहा। जे वो इंसान ने पांच दवाइयां जेनरिक दियां अगे कर दित्तियां कि आ चीज़ जी 110 रुपये प्रिंटा 9 रुपये की पीती, कि असी उन्हूं क्वेश्चन पुट किया कि भाजी ये दवाई जेनरिक चा, भाजी ये दवाई जन औषधि दी आ कि एथिकल चा, किसी ने कोई क्वेश्चन नहीं किया। पर अही दे फटाफट पता नहीं किन्ने किन्ने लखां व्यू किन्ने थले आप लिख के भेजता जी, भाजी तो दुनिया की सेवा कर रहे ने। पिछे भाजी दे वेखो बंदे काम वाले जड़े आ स्टाफ मैंबर जड़े आ किन्ने ने, जे 10 स्टाफ मैंबर आ, मैं मान ली गल, मैं उस भाजी ना एग्री हाँ, मैं भाजी ना गल करन नू तैयार हाँ इस चीज़ ते कि जेडे वो 10 बंदे काम कर रहे ने की गल उन्हां दे बच्चे नहीं हैगे, उन्हां दियां फैमिलीज नहीं हैगियां, कि तुसी कहिंदे वी ओ असी भा दे भा दे रहे हैं ते सारी दुनिया लुट रही है। मैनू अपने ना कोई नहीं, मैं अपनी गल नहीं कर रही, लेकिन सारे वीर भरा मेरे शायद फेसबुक दे विच ही, मेरे कुलीग, मेरे रिस्पैक्टेड, मेरे सीनियर जेडे वो मैडिकल ऑफिसर जेडे नाल रले होण, आपां किन्नी जल्दी गौरमेंट ते उंगल उठा दिंदे आ किन्नी जल्दी। मैं कुछ नहीं ज़्यादा कहना चाहती, मैं एक चीज़ गल करना चाहनी हाँ कि जदों आपां ये चीज़ां दिखाने आ, आपां हर एक चीज़ का फिर प्रूफ रखिए, हर एक चीज़ किसी नूं दिखाइए। तुसीं इह कहिंदे हो मैं दिखा दिंदी हाँ तुहानूं कि जिहड़ा 30 रुपए का प्रिंट आ 6 रुपए का पत्ता पैंदा है, मैं गल करन नूं तैयार हाँ, लेकिन हर चीज़ विखाइए। जे एंटीबायोटिक एथिकल दे विच आ, जे उहदे विच 12% लैस मिलदी आ या 13% लैस मिलदी आ या 10% लैस मिलदी आ, फिर वह भाजी का फर्ज यह भी बनता सीगा कि आ दवाइया दे विच सिर्फ इन्नी ही लैस मिलदी आ। आपां इह ते बड़ी जल्दी उंगल करती 2500 दा जी 419 रुपए का इंजैक्शन मिलता है, कि असी उस वल गल वल तुरे कि जी लोकी जी 2000 रुपया कमा रहे ने। जे हुण तक हर कोई इदां दियां कमाइयां करदा हुंदा ना, शायद मैनू भी इस लाइन च 20 साल हो गए, मैं महल पाए होने सी, कोठियां पाइया होनियां सी, अपनी जगह लई होनी सी, लेकिन गुरु रामदास जी दी नगरी च बैठे हाँ अज भी, जिहड़ा वो ये एक काम कर रहे हैं रेंट ते कर रहे हैं। मैं सिर्फ वो भाजी नूं गलत नहीं, मैं फिर एक गल कहांगी, मेरा उन्हां नाल कोई इहो जिहा ब्लेम नहीं, कोई मैं उन्हां नूं गलत नहीं कहना चाहती, जो उन्होंने किया बहुत वधिया किया। जगराज सिंह नारायणगढ़ तुसीं भी खोलो मोदीखाना, सर मोदीखाने का मतलब ये नहीं है, गुरु नानक पातशाह जी का नाम लैके ये नहीं है कि सिर्फ जेनरिक दवाइया देतियां, जे वो दवाइया का तुहानूं असर ही नहीं हो रहा, ਇਹ ਤਾਂ ਤੁਸੀਂ ਨਹੀਂ ਨੌਲੇਜ ਰੱਖਦੇ, ਜਿਹੜਾ ਪ੍ਰੋਫੈਸ਼ਨ 'ਚ ਬੰਦਾ ਉਹ ਨੌਲੇਜ ਰੱਖਦਾ। ਮੇਰਾ ਕਹਿਣ ਦਾ ਮਤਲਬ ਇਹ ਸੀਗਾ, ਜੇ ਭਾਜੀ ਨੇ ਵੀਡੀਓ ਇੰਨੀ ਵਾਇਰਲ ਕਰ ਹੀ ਦਿੱਤੀ ਵਰਲਡ ਵਾਈਡ ਕਿ ਹਰ ਕੋਈ ਗਲਤ ਆ, ਹਰ ਕੋਈ ਪੈਸੇ ਕਮਾ ਰਿਹਾ, ਮੈਂ ਮੰਨ ਲਈ ਗੱਲ ਕਿ ਹਰ ਕੋਈ ਪੈਸੇ ਕਮਾ ਰਿਹਾ, ਹਰ ਕੋਈ ਬਿਜ਼ਨਸ ਕਰ ਰਿਹਾ, ਅਤੇ ਭਾਜੀ ਫਿਰ ਹਰ ਚੀਜ਼ ਦਿਖਾਈਏ ਨਾ। ਜੇ ਇੱਕ ਚੀਜ਼ 110 ਰੁਪਏ ਦੀ 10 ਰੁਪਏ ਦੀ ਦੱਸਤੀ, ਫਿਰ ਉਹ ਵੀ ਦੱਸੀਏ ਨਾ। ਜੇ ਪ੍ਰਿੰਟ ਕਿਸੇ ਚੀਜ਼ ਦਾ 170 ਰੁਪਏ ਆ, ਸਾਨੂੰ ਮਿਲ ਰਿਹਾ, ਅਸੀਂ 175 ਰੁਪਏ ਵੇਚ ਰਹੇ ਹਾਂ, ਕਿ ਉਹ 170 ਰੁਪਏ ਦੀ ਚੀਜ਼ ਤੁਸੀਂ ਆਪਣੇ ਘਰੋਂ 90 ਰੁਪਏ ਦੀ ਵੇਚ ਦੋਗੇ? ਸਰ ਕਹਿਣਾ ਬੜਾ ਸੌਖਾ ਹੈ, ਕਿਸੇ 'ਤੇ ਉਂਗਲੀ ਕਰਨੀ ਬੜੀ ਸੌਖੀ ਹੈ। ਮੈਨੂੰ ਨਹੀਂ ਪਤਾ ਉਹਨਾਂ 'ਤੇ ਕਿਸੇ ਨੇ ਲਾਈਵ ਕੀਤਾ ਨਹੀਂ ਕੀਤਾ, ਕਿਸੇ ਵੀਰ ਭਰਾ ਨੇ ਉਹਨਾਂ ਦੀ ਜਿਹੜੀ ਆ ਉਸ ਚੀਜ਼ ਨੂੰ ਸੀਰੀਅਸਲੀ ਲਿਆ ਜਾਂ ਨਹੀਂ ਲਿਆ। ਮੈਂ ਸਿਰਫ ਤੁਹਾਡੇ ਨਾਲ ਜੁੜੀ ਹੋਈ ਹਾਂ, ਮੈਂ ਇਸ ਕਰਕੇ ਲਾਈਵ ਹੋਈ ਕਿ ਜੇ ਆਪਾਂ ਜੈਨਰਿਕ ਦਿਖਾ ਰਹੇ ਹਾਂ, ਜਨ ਔਸ਼ਧੀ ਦਿਖਾ ਰਹੇ ਹਾਂ ਨਾ, ਫਿਰ ਹਰ ਚੀਜ਼ ਦਿਖਾਈਏ। ਮੈਨੂੰ ਇੱਕ ਵਾਰੀ ਭਾਜੀ ਆ ਕੇ ਬੈਠ ਕੇ ਮੈਨੂੰ ਸੱਦ ਲੈਣ, ਇਹ ਜਵਾਬ ਦੇਣ ਕਿ ਬੱਚਿਆਂ ਦਾ ਜਿਹੜਾ ਲੈਕਟੋਜਨ ਦੁੱਧ ਮੈਂ ਖੁਦ ਖਰੀਦ ਕੇ ਦੁਕਾਨ 'ਤੇ ਜਦੋਂ ਮੈਂ ਲਿਆ ਕੇ ਰੱਖਦੀ ਹਾਂ, ਜੇ ਪ੍ਰਿੰਟ ਉਹਦਾ ਮੈਨੂੰ ਆਈਡੀਆ ਹੈ ਕਿ ਜੇ 295 ਰੁਪਈਏ ਆ ਅਤੇ 283 ਜਾਂ 285 ਰੁਪਏ ਦਾ ਮਿਲਦਾ, ਅਤੇ ਭਾਜੀ ਉਹਨੂੰ 100 ਰੁਪਏ ਦਾ ਕਿੱਦਾਂ ਵੇਚ ਦੇਣਗੇ? ਅਸੀਂ ਲੋਕ ਭੇਡ ਚਾਲ ਵੱਲ ਨਾ ਭੱਜੀਏ, ਕਿਸੇ ਨੂੰ ਬੁਰਾ ਨਾ ਕਹੀਏ। ਜਿੱਥੋਂ ਤੁਹਾਡਾ ਟ੍ਰੀਟਮੈਂਟ ਚੱਲਦਾ, ਜੇ ਉਹ ਵੀ ਇਹੋ ਕੁਝ ਕਰਨ ਲੱਗ ਪੈਣਗੇ ਨਾ, ਤਾਂ ਦੁਨੀਆ 'ਤੇ ਇਨਸਾਨੀਅਤ ਨਹੀਂ ਰਹਿ ਜਾਣੀ। ਬੜਾ ਕੱਲ੍ਹ ਦਾ ਭਾਜੀ ਨੇ ਸ਼ੋਰ ਮਚਾਇਆ, ਮੈਂ ਦੇਖਿਆ, ਮੈਂ ਕੋਈ ਗੱਲ ਕੱਲ੍ਹ ਨਹੀਂ ਕੀਤੀ, ਮੈਂ ਕਿਹਾ ਚਲੋ
ਭਾਜੀ ਆਪਣੇ ਮੋਦੀਖਾਨੇ ਦੀ ਐਡ ਕਰ ਰਹੇ ਨੇ, ਦੱਸ ਰਹੇ ਨੇ ਲੋਕਾਂ ਨੂੰ ਕਿ ਮੇਰੇ ਕੋਲ ਜਲੰਧਰੋਂ ਆ ਰਿਹਾ, ਚੰਡੀਗੜ੍ਹੋਂ ਆ ਰਿਹਾ, ਲੁਧਿਆਣਿਓਂ ਆ ਰਿਹਾ। ਦੇਖੋ ਭਾਜੀ ਜਿਹੜਾ ਲੁਧਿਆਣੇ 'ਚ ਰਹਿ ਰਿਹਾ, ਲੁਧਿਆਣੇ 'ਚ ਫਿਰ ਸਾਡਾ ਵੀਰ ਅਨਮੋਲ ਕਵਾਤਰਾ ਇੰਨੀ ਸੇਵਾ ਕਰਦਾ ਡੇਲੀ ਦੀ, ਸ਼ਾਇਦ ਅਸੀਂ ਉਹ ਮੈਂ ਇੱਕ ਡਾਕਟਰ ਪ੍ਰੋਫੈਸ਼ਨ ਹੋਣ ਦੇ ਬਾਵਜੂਦ, ਇੱਕ ਲੜਕੀ ਹੋਣ ਦੇ ਬਾਵਜੂਦ, ਇੱਕ ਇਨਸਾਨ ਹੋਣ ਦੇ ਬਾਵਜੂਦ ਮੈਂ ਨਹੀਂ ਸਮਝਦੀ ਕਿ ਮੈਂ ਉਹਦੇ ਚਰਨਾਂ ਦੀ ਧੂਲ ਵੀ ਹਾਂ। ਜਿੰਨੀ ਉਹ ਲੜਕਾ ਸੇਵਾ ਕਰਦਾ, ਪੱਲਿਓਂ ਬੇਸ਼ੱਕ ਨਹੀਂ ਕਰਦਾ, ਪਰ ਇੱਕ ਹਿੰਮਤ ਇੱਕ ਜਜ਼ਬਾ ਚਾਹੀਦਾ ਹੈ ਕਿ ਇੰਨੇ ਤੋਂ ਇੰਨੇ ਵਜੇ ਖੜ੍ਹੇ ਹੋ ਕੇ ਉਹ ਡੋਨਰ ਇਕੱਠੇ ਕਰਦਾ। ਜੇ ਭਾਜੀ ਨੂੰ ਇਹ ਚੀਜ਼ ਆ, ਭਾਜੀ ਉਹਨੂੰ ਫ੍ਰੀ ਦਵਾਈਆਂ ਦੇਣ, ਉੱਥੇ ਜਾ ਕੇ ਫ੍ਰੀ ਦਵਾਈਆਂ ਦੇਣ, ਪਤਾ ਲੱਗੇ ਮੋਦੀਖਾਨਾ ਇਹ ਕੰਮ ਕਰ ਰਿਹਾ। ਸਿਰਫ ਸੋਸ਼ਲ ਮੀਡੀਆ 'ਤੇ ਰੌਲਾ ਪਾ ਕੇ, ਸੋਸ਼ਲ ਮੀਡੀਆ 'ਤੇ ਆਪਾਂ ਹਰ ਸਟੋਰ ਨੂੰ ਬਦਨਾਮ ਕਰਕੇ, ਵੇਖੋ ਸਟੋਰਾਂ ਵਾਲੇ ਮੇਰੇ ਰਿਸ਼ਤੇਦਾਰ ਨਹੀਂ ਹੈ, ਗੌਰਮੈਂਟ ਮੇਰੀ ਰਿਸ਼ਤੇਦਾਰ ਨਹੀਂ ਹੈ, ਬਟ ਇੱਕ ਇੰਡੀਅਨ ਆ ਸੀ। ਰੱਬ ਨੇ ਸਾਨੂੰ ਜੇ ਇੰਡੀਅਨ ਬਣਾਇਆ, ਸਾਡੇ ਅੰਦਰ ਸੱਤ ਬੁੱਧੀ ਬਖਸ਼ੀ ਹੈ ਨਾ, ਅਤੇ ਉਹਨੂੰ ਥੋੜ੍ਹਾ ਜਿਹਾ ਅਸੀਂ ਅਜਮਾਈਏ ਵੀ, ਅਪਣਾਈਏ ਵੀ, ਕਿ ਜੇ ਵਾਕਈ ਉਹ ਇੰਨੀ ਗੱਲ ਦੀ ਚੀਜ਼ ਕਹਿ ਰਹੇ ਨੇ, ਅਸੀਂ ਕੁਐਸਚਨ ਪੁੱਟ ਕਰੀਏ। ਪਹਿਲੇ ਮੈਂ ਕੱਲ੍ਹ ਕੁਐਸਚਨ ਪੁੱਟ ਕਰਨਾ ਸੀ, ਬਟ ਮੈਂ ਸਿਰਫ ਇਸ ਕਰਕੇ ਨਹੀਂ ਕੀਤਾ ਕਿ ਜਿੰਨਾ ਉੱਥੇ ਨੀਚੇ ਲਾਈਵ ਚੱਲ ਰਿਹਾ, ਹਰ ਕੋਈ ਬੜੀ ਪ੍ਰੇਜ਼ ਕਰ ਰਿਹਾ, ਮੇਰੀ ਉੱਥੇ ਗੱਲ ਨਹੀਂ ਸੁਣੀ ਜਾਣੀ। ਦੇਖੋ ਭਾਜੀ, ਜੈਨਰਿਕ ਅਤੇ ਜਨ ਔਸ਼ਧੀ ਗੌਰਮੈਂਟ ਨੇ ਸਟਾਰਟ ਕੀਤਾ ਸੀਗਾ, ਜਿਨ੍ਹਾਂ ਜਿਨ੍ਹਾਂ ਨੂੰ ਮਿਲੀ ਜਨ ਔਸ਼ਧੀ, ਰਿਐਲਿਟੀ ਆ ਉਹਦੇ ਵਿੱਚ ਬਹੁਤ ਪ੍ਰਾਈਜ਼ ਜਿਹੜੇ ਸਸਤੇ ਸੀਗੇ, ਲੇਕਿਨ ਜਨ ਔਸ਼ਧੀ ਕਿਸੇ ਕਿਸੇ ਦੀ ਚੱਲੀ। ਗੌਰਮੈਂਟ ਨੇ ਆਪਣੇ ਪੱਕੇ ਰਜਿਸਟਰਡ ਜਿਹੜੇ ਪਰਟੀਕੁਲਰ ਜਿਹੜੇ ਉਹ ਕਰਵਾਏ ਸੀਗੇ ਆਪਣਾ ਮੈਡੀਸਨਸ, ਕਿ ਇਹੋ ਤੁਸੀਂ ਮੈਡੀਸਨ ਜਿਹੜੀਆਂ ਦੇ ਸਕਦੇ ਹੋ, ਇਸ ਤੋਂ ਇਲਾਵਾ ਮੈਡੀਸਨਸ ਨਹੀਂ ਦੇ ਸਕਦੇ। ਅਤੇ ਜੇ ਮੇਰੇ ਵੱਡੇ ਵੀਰ ਜੀ, ਮੈਨੂੰ ਨਾਮ ਨਹੀਂ ਉਹਨਾਂ ਦਾ ਪਤਾ, ਕਿ ਤੁਸੀਂ ਇਹ ਗੱਲਾਂ ਕਹਿੰਦੇ ਹੋ ਕਿ ਹਾਂ 110 ਰੁਪਏ ਦੀ ਦਵਾਈ 9 ਰੁਪਏ 'ਚ ਵਿਕਦੀ ਹੈ, ਅਤੇ ਭਾਅ ਜੀ ਸਾਰੀਆਂ ਗੱਲਾਂ ਕਲੀਅਰ ਕਰੋ, ਲੋਕਾਂ ਨੂੰ ਬੇਵਕੂਫ ਨਾ ਬਣਾਈਏ। ਇਹ ਸਾਡੇ ਭੈਣ ਭਰਾ ਨੇ ਜੇ ਸੋਸ਼ਲ ਮੀਡੀਆ 'ਤੇ ਸਾਨੂੰ ਸ਼ੇਅਰ ਕਰਦੇ ਨੇ ਨਾ, ਤਾਂ ਸਿਰਫ ਸਾਡੀ ਰਿਸਪੈਕਟ ਕਰਕੇ ਕਿ ਅਸੀਂ ਉਹਨਾਂ ਨੂੰ ਸਹੀ ਦਿਸ਼ਾ ਦਿਖਾਉਂਦੇ ਹਾਂ। ਇਹ ਰੌਲਾ ਨਾ ਪਾਓ ਐਮ ਪੀ ਮੇਰੇ ਨੇ ਕੀ ਕਰਤਾ, ਐਮ ਪੀ ਮੇਰਾ ਹੁਣ ਮੀਡੀਆ ਸਾਹਮਣੇ ਪਹੁੰਚੇ, ਇਹਦੇ ਵਿੱਚ ਆਪਾਂ ਪੋਲੀਟਿਕਸ ਕਿਉਂ ਲਿਆ ਰਹੇ ਹਾਂ? ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ 'ਤੇ ਸੇਵਾ ਕਰਦੇ ਹਾਂ, ਜਾਂ ਮੈਂ ਕਹਿੰਦੀ ਹਾਂ ਕਿ ਮੇਰਾ ਸੋਸ਼ਲ ਵਰਕ ਆ, ਮੈਂ ਸੇਵਾ ਕਰਦੀ ਹਾਂ, ਇਹਦੇ ਵਿੱਚ ਮੈਂ ਕਹਾਂ ਜੀ ਮੈਂ ਗੁਰੂ ਰਾਮਦਾਸ ਜੀ ਦੇ ਨਾਮ 'ਤੇ ਖੋਲ੍ਹ ਲਿਆ, ਜੋ ਕਰੇਗਾ ਮੇਰਾ ਗੁਰੂ ਰਾਮਦਾਸ ਜੀ ਕਰੇਗਾ, ਉਹਨਾਂ ਨੇ ਸਾਨੂੰ ਹੱਥ ਦਿੱਤੇ ਨੇ ਕਿਰਤ ਕਮਾਈ ਕਰਨ ਲਈ, ਲੁੱਟਣ ਲਈ ਨਹੀਂ। ਅਤੇ ਲੁੱਟਦਾ ਕੋਈ ਨਹੀਂ ਹੈ, ਹਰ ਕਿਸੇ ਦੇ ਘਰ ਬੱਚੇ ਨੇ, ਹਰ ਕਿਸੇ ਦੇ ਘਰ ਪਰਿਵਾਰ ਆ। ਹੋ ਸਕਦਾ ਦੁਨੀਆ 'ਤੇ ਐਸੇ ਡਾਕਟਰ ਹੋਣ, ਪਰ ਇੱਕ ਪੇਟੀ ਦੇ ਵਿੱਚ ਸੇਬ, ਜੇ 1000 ਪੇਟੀ 'ਚ ਸੇਬ ਪਏ ਨੇ ਨਾ ਫੋਰ ਇਗਜ਼ੈਂਪਲ, ਅਤੇ ਇੱਕ ਸੇਬ ਮਾੜਾ ਹੈ, ਅਤੇ ਇਹਦਾ ਇਹ ਮਤਲਬ ਨਹੀਂ 999 ਸੇਬ ਮਾੜੇ ਹੀ ਹੋਣਗੇ। ਮੇਰੀ ਸਿਰਫ ਆਵਾਜ਼ ਉਹਨਾਂ ਭਾਜੀ ਤੱਕ, ਵੀਰ ਜੀ ਤੱਕ ਆ, ਜਿਹੜੇ ਕਹਿੰਦੇ ਆ ਕਿ ਇੰਨੇ ਦੀ ਦਵਾਈ ਹੈ ਅਤੇ ਲੋਕ ਲੁੱਟ ਖਸੁੱਟ ਕਰ ਰਹੇ ਨੇ। ਮੈਂ ਉਹਨਾਂ ਦੀ ਗੱਲ ਨਾਲ ਬਿਲਕੁਲ ਐਗਰੀ ਹਾਂ, ਪਰ ਭਾਜੀ ਹਰ ਚੀਜ਼ ਦਾ ਜਵਾਬ ਦਿਓ। ਜੇ ਹਾਈ ਤੋਂ ਹਾਈ ਐਂਟੀਬਾਇਓਟਿਕ ਆਉਂਦਾ, ਉਹਦਾ ਵੀ ਜਵਾਬ ਦਿਓ ਕਿ ਆਹ ਐਂਟੀਬਾਇਓਟਿਕ ਇੰਨੇ ਦਾ ਹੈ ਅਤੇ ਤੁਹਾਨੂੰ ਇੰਨੇ ਦਾ ਮਿਲੇਗਾ। ਹਰ ਕਿਸੇ ਨੂੰ ਭਾਜੀ ਆਪਾਂ ਗਲਤ ਨਾ ਪਾਈਏ, ਅਸੀਂ ਸ਼ਾਇਦ ਸਾਨੂੰ ਗੁਰੂ ਮਹਾਰਾਜ ਨੇ ਇੰਨੇ ਜੋਗਿਆਂ ਨਹੀਂ ਬਣਾਇਆ। ਭੈਣ ਜੀ ਹਰ ਦਵਾਈ ਵਿੱਚ ਬਹੁਤ ਫਰਕ ਹੈ, ਕੋਈ ਵੀ ਦਵਾਈ ਲੈ ਲਓ, ਨਾਲੇ ਉਹਨਾਂ ਨੇ ਇਹ ਵੀ ਕਿੱਥੇ ਹੈ, ਹਰ ਇੱਕ ਦਵਾਈ ਦਾ ਪ੍ਰਾਈਜ਼ ਫਿਕਸ ਕੀਤਾ ਜਾਵੇ। ਭਾਜੀ ਫਿਕਸ ਨਹੀਂ ਕੀਤਾ ਜਾਵੇ ਹਰਬੰਸ ਸਰ, ਸੋਰੀ ਮੈਂ ਗੱਲ ਕਰਨਾ ਚਾਹਾਂਗੀ, ਦਵਾਈ ਦਾ ਪ੍ਰਾਈਜ਼ ਜਿਹੜਾ ਤੁਸੀਂ ਵੀ ਜਾਣਦੇ ਹੋ, ਅਸੀਂ ਕੱਪੜਾ ਖਰੀਦਣ ਜਾਂਦੇ ਹਾਂ, ਅਸੀਂ ਰਾਸ਼ਨ ਲੈਣ ਜਾਂਦੇ ਹਾਂ, ਰੇਹੜੀ 'ਤੇ ਚਲੇ ਜਾਂਦੇ ਹਾਂ, ਸਬਜ਼ੀ ਇੱਕ ਜਗ੍ਹਾ ਕਿਸੇ ਨੇ ਸਸਤੀ ਲਗਾਈ ਹੈ ਅਤੇ ਅਸੀਂ ਕਹਿੰਦੇ ਨਹੀਂ ਉਹਦੇ ਕੋਲ ਜਿਹੜੇ ਪਿਆਜ਼ ਨੇ ਉਹ ਬਹੁਤ ਵਧੀਆ ਲੱਗੇ ਨੇ, ਇੱਕ ਭਾਅ 4 ਰੁਪਈਏ ਆ, ਇੱਕ ਭਾਅ 10 ਰੁਪਈਏ ਆ। ਭਾਜੀ ਹਰ ਚੀਜ਼ 'ਚ ਫਰਕ ਆ, ਹਰ ਮੈਡੀਸਨ 'ਚ ਫਰਕ ਆ। ਐਥੀਕਲ ਬ੍ਰੈਂਡ ਲਓਗੇ, ਅੱਜ ਤੁਸੀਂ ਚਲੇ ਜਾਓ ਜਿੱਥੇ ਮਰਜ਼ੀ ਹੋਲਸੇਲ ਮਾਰਕੀਟ, ਕੀ ਹੋਲਸੇਲ ਮਾਰਕੀਟ ਵਾਲੇ, ਇੰਨੀ ਹੋਲਸੇਲ ਮਾਰਕੀਟ ਆ, ਸਾਡਾ ਪ੍ਰਸ਼ਾਸਨ ਆ, ਸਾਡੀ ਗੌਰਮੈਂਟ ਆ, ਕੀ ਤੁਹਾਡਾ ਮਤਲਬ ਆ, ਸਾਰੇ ਦੇ ਸਾਰੇ ਲੁੱਟ ਰਹੇ ਨੇ, ਫਿਰ ਅਸੀਂ ਵੋਟਾਂ ਕਿਉਂ ਪਾਉਂਦੇ ਹਾਂ? ਅਸੀਂ ਆਪ ਕਿਉਂ ਫਿਰ ਉਹ ਦੇਸ਼ ਨੂੰ ਜਿਹੜਾ ਉੱਚਾ ਚੁੱਕਦੇ ਪਏ ਹਾਂ? ਜੇ ਅਸੀਂ ਲੋਕ ਹੀ ਕਹੀ ਜਾਵਾਂਗੇ ਕਿ ਉਹ ਬੰਦਾ ਗਲਤ ਆ, ਉਹ ਬੰਦਾ ਗਲਤ ਆ, ਸਾਡਾ ਫਰਜ਼ ਨਹੀਂ ਬਣਦਾ? ਮੈਂ ਇਹ ਗੱਲ ਦੇ ਬਿਲਕੁਲ ਨਹੀਂ ਇਨਕਾਰ ਕੀਤਾ ਕਿ ਜਨ ਔਸ਼ਧੀ ਦੀ ਮੈਡੀਸਨ ਅਤੇ ਜੈਨਰਿਕ ਮੈਡੀਸਨ ਸਸਤੀ ਨਹੀਂ ਹੁੰਦੀ, ਬਿਲਕੁਲ ਸਸਤੀ ਹੁੰਦੀ ਹੈ। ਅਤੇ ਜੇ ਭਾਅ ਜੀ ਗੱਲ ਕਰਦੇ ਨੇ ਨਾ ਕਿ ਮੈਂ ਭਾਅ ਦੇ ਭਾਅ ਵੇਚ ਰਿਹਾ, ਅਤੇ ਭਾਅ ਜੀ ਜਿਹੜੇ ਤੁਸੀਂ ਮਗਰ ਸਟਾਫ ਰੱਖਿਆ,
ਵਰਿੰਦਰ ਸਿੰਘ ਆਜ਼ਾਦ, ਦਵਾਈਆਂ ਸੰਬੰਧੀ ਲੁੱਟ ਵਾਲੀ ਗੱਲ ਸਹੀ ਹੈ ਪਰ ਜੈਨਰਿਕ ਤੇ ਐਥੀਕਲ ਵਾਲੀ ਗੱਲ ਵੀ ਸਹੀ ਹੈ। ਬਿਲਕੁਲ ਵਰਿੰਦਰ ਸਿੰਘ ਜੀ, ਮੈਂ ਸਿਰਫ ਇਹੀ ਗੱਲ ਦਾ ਪੁਆਇੰਟ ਕੀਤਾ ਹੈ ਕਿ ਇਹਦੇ ਵਿੱਚ ਸਰਕਾਰ ਨੂੰ ਜਾਂ ਉੱਥੋਂ ਦੇ MP ਨੂੰ, ਮੈਂ ਅੰਮ੍ਰਿਤਸਰ ਦੀ ਹਾਂ, ਮੈਂ ਕਹਿੰਦਾ ਮੇਰੇ ਇੱਥੋਂ ਦੇ MP MLA ਜੀ ਇਹ ਸਭ ਗਲਤ ਨੇ, ਮੈਂ ਕਿਉਂ ਉਹਨਾਂ ਨੂੰ ਵਿੱਚ ਲਿਆਵਾਂ? ਕੰਮ ਮੈਂ ਕਰ ਰਹੀ ਹਾਂ, ਕੰਮ ਤੁਸੀਂ ਕਰ ਰਹੇ ਹੋ, ਜੇ ਤੁਸੀਂ ਸੇਵਾ ਕਰ ਰਹੇ ਹੋ ਕਰੋ। ਤੁਸੀਂ ਇਹ ਗੱਲ ਕਹੋ ਕਿ ਮੈਂ ਮੋਦੀਖਾਨਾ ਖੋਲਿਆ ਹੈ, ਮੈਂ ਆਹ ਵਾਲੀ ਦਵਾਈ ਇੰਨੇ ਦੀ ਇੰਨੇ ਵਿੱਚ ਦੇਵਾਂਗਾ, ਪਰ ਕਿਸੇ 'ਤੇ ਉਂਗਲ। ਮੈਂ ਅੱਜ ਤੱਕ ਕਿੰਨੀ ਵਾਰੀ ਲਾਈਵ ਹੋਈ, ਪ੍ਰੋਫੈਸ਼ਨ ਦੇ ਅਕੋਰਡਿੰਗ ਵੀ ਹੋਈ, ਤੁਹਾਡੇ ਵੀ ਸਵਾਲਾਂ ਦੇ ਜਵਾਬ ਦਿੱਤੇ, ਸਾਰਾ ਕੁਛ ਕੀਤਾ, ਬਟ ਕਦੀ ਕਿਸੇ 'ਤੇ ਉਂਗਲ ਨਹੀਂ ਚੁੱਕੀ। ਵੇਖੋ ਮੇਰੇ ਵੀਰ ਭਰਾ ਬੜੀ ਦੁਨੀਆ 'ਚ ਬੈਠੇ ਨੇ, ਸਟੋਰਾਂ 'ਤੇ ਬਿਨਾਂ ਸਾਡੀ ਜ਼ਿੰਦਗੀ ਨਹੀਂ। ਹੁਣ ਲੋਕਡਾਊਨ ਹੋਇਆ, ਡਾਕਟਰਾਂ ਨੇ ਸੇਵਾ ਕੀਤੀ, ਇੰਨੀਆਂ ਇੰਨੀਆਂ ਮੁਸ਼ਕਲਾਂ 'ਚ ਸਟਿਲ ਡਾਕਟਰ ਖੜ੍ਹੇ ਨੇ। ਇਟ ਮੀਨ ਸਾਰੇ ਗਲਤ ਹੋ ਗਏ, ਸਾਰੀ ਦੁਨੀਆ ਗਲਤ ਹੋ ਗਈ। ਜਿਹੜੇ ਭਾਅ ਜੀ ਮੇਰੇ ਵੀਰ ਇਸ ਗੱਲ ਨੂੰ ਸਮਝਦੇ ਨੇ ਨਾ, ਉਹ ਮੈਨੂੰ ਜ਼ਰੂਰ ਆਨਸਰ ਕਰਨ ਇਸ ਲਾਈਵ ਦਾ, ਮੈਨੂੰ ਜ਼ਰੂਰ ਜਵਾਬ ਦਿਓ ਕਿ ਐਥੀਕਲ ਬ੍ਰੈਂਡ, ਜੈਨਰਿਕ ਬ੍ਰੈਂਡ ਅਤੇ ਜਨ ਔਸ਼ਧੀ ਬ੍ਰੈਂਡ ਵਿੱਚ ਕੋਈ ਫਰਕ ਨਹੀਂ? ਕੋਈ ਚੀਜ਼ ਨੋਰਮਲ ਕੱਪੜਾ ਪਾਉਂਦੇ ਹਾਂ, ਬ੍ਰੈਂਡ ਦਾ ਕੱਪੜਾ ਪਾਉਂਦੇ, ਫਿਰ ਅਸੀਂ ਉੱਥੇ ਜਾ ਕੇ ਕਿਉਂ ਪੈਸੇ ਖਰਚਦੇ ਹਾਂ? ਫਿਰ ਅਸੀਂ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਕਿ ਭਾਅ ਜੀ ਤੁਸੀਂ ਤਾਂ ਟੀ ਸ਼ਰਟ ਦਿੰਦੇ ਪਏ ਹੋ 1000 ਰੁਪਏ ਦੀ, ਅਤੇ ਸਾਨੂੰ ਤਾਂ ਟੀ ਸ਼ਰਟ ਮਿਲਦੀ ਪਈ ਹੈ 170 ਰੁਪਏ ਦੀ? ਹਰ ਚੀਜ਼ ਦਾ ਬ੍ਰੈਂਡ ਆ, ਹਰ ਚੀਜ਼ ਨੇ, ਗੌਰਮੈਂਟ ਨੇ ਹਰ ਚੀਜ਼ ਅਸੂਲਾਂ ਮੁਤਾਬਿਕ ਕੱਢੀ ਆ ਗੌਰਮੈਂਟ, ਅਤੇ ਅਸੀਂ ਬੜੇ ਜਲਦੀ ਉੱਠ ਕੇ ਕਿਸੇ ਦੇ ਉੱਪਰ ਉਂਗਲ ਚੁੱਕਦੇ ਹਾਂ, ਇਹ ਕੰਮ ਛੱਡ ਦਈਏ। ਜੇ ਮੈਂ ਕਿਸੇ ਦੀ ਸੇਵਾ ਕਰਨੀ ਹੈ ਨਾ, ਤਾਂ ਸੇਵਾ ਭਾਵਨਾ ਦਾ ਮਤਲਬ ਆ ਮੈਂ ਲਾਈਵ ਹੋਵਾਂ, ਦਵਾਈ ਤੁਹਾਨੂੰ ਵਿਖਾਵਾਂ। ਮੈਂ ਜਿਸ ਤਰ੍ਹਾਂ ਕਿ ਤੁਹਾਨੂੰ ਮਾਸਕ ਹੀ ਵਿਖਾਏ ਸੀ, ਫੋਰ ਇਗਜ਼ੈਂਪਲ ਆਹ ਮਾਸਕ ਆ, ਪਿੱਛੋਂ ਮਾਸਕ ਕੱਢਿਓ ਇੱਕ, ਆਹ ਮਾਸਕ ਆ, ਮੈਨੂੰ ਨਹੀਂ ਪਤਾ ਮਾਰਕੀਟ ਰੇਟ ਕੀ ਵਿਕ ਰਿਹਾ ਸੀ, ਮੈਂ ਕਿਸੇ ਨੂੰ ਗਲਤ ਤਾਂ ਨਹੀਂ ਕਿਹਾ ਜਾਂ ਮੈਂ ਕਿਸੇ ਦੇ ਉਂਗਲ ਤਾਂ ਨਹੀਂ ਚੁੱਕੀ। ਭਾਅ ਜੀ ਨੇ ਆਹ ਕੱਲ੍ਹ ਮਾਸਕ ਵਿਖਾਏ ਵਾਈਟ ਕਲਰ ਦੇ, ਕਹਿੰਦੇ ਜੀ ਅਸੀਂ 40 ਰੁਪਏ ਦਾ ਵੇਚਦੇ ਹਾਂ, ਪ੍ਰੀਤ ਕਲੀਨਿਕ 35 ਰੁਪਏ ਦਾ ਵੇਚ ਰਹੀ ਹੈ, ਮੈਂ ਕੀ ਕਮਾਈ ਕਰ ਰਹੀ ਹਾਂ? ਭਾਅ ਦਾ ਭਾਅ ਮਤਲਬ ਹੁੰਦਾ ਹੈ ਜਿੱਥੇ ਸੇਵਾ ਕਰਨਾ ਤੁਹਾਡਾ ਬਣਦਾ ਹੈ ਕਰੋ। ਅਤੇ ਹਰ ਕੋਈ ਇਹ ਚੀਜ਼ ਸੋਚਦਾ ਹੈ, ਮੇਰੇ ਵੀਰ ਭਰਾ ਜਿੰਨੇ ਆ, ਹਰ ਕਿਸੇ ਦੀ ਕੋਈ ਨਾ ਕੋਈ ਦੁਕਾਨਦਾਰੀ ਹੋਏਗੀ। ਆਹ ਮਾਸਕ ਘਰ ਬਣਾ ਲਓ, ਜਿਸ ਤਰ੍ਹਾਂ ਮਰਜ਼ੀ ਬਣਾ ਲਓ, 5 ਰੁਪਏ ਦਾ ਮਾਸਕ ਆਇਆ, 5 ਰੁਪਏ ਦਾ ਹੀ ਵੇਚਿਆ, ਬੱਚਾ ਮੇਰੇ ਕੋਲ ਲੈ ਕੇ ਗਿਆ, ਬਟ ਮੈਂ ਕਿਸੇ 'ਤੇ ਉਂਗਲ ਨਹੀਂ ਚੁੱਕੀ ਵੀ ਹਾਂ ਜੀ ਉਹ ਮਾਸਕ 10 ਰੁਪਏ ਦਾ ਵੇਚ ਰਿਹਾ, ਉਹ ਸਟੋਰ ਵਾਲਾ ਮਾਸਕ ਜਿਹੜਾ 15 ਰੁਪਏ ਦਾ ਵੇਚ ਰਿਹਾ, ਉਹ ਲੁੱਟ ਖਸੁੱਟ ਕਰ ਰਹੇ ਨੇ, ਗੌਰਮੈਂਟ ਲੁੱਟ ਖਸੁੱਟ ਕਰ ਰਹੀ। ਜੇ ਗੌਰਮੈਂਟ ਲੁੱਟ ਖਸੁੱਟ ਕਰਦੀ ਹੁੰਦੀ ਹੁਣ ਤੱਕ, ਆਹ ਮਾਸਕ 5 ਰੁਪਏ ਦਾ ਨਹੀਂ ਸੀ ਹੋਣਾ। ਜਿੰਨਾ ਕਰੋਨਾ ਵਾਇਰਸ ਦਾ ਹੁਣ ਤੱਕ ਸਟ੍ਰੈਸ ਲੋਕਾਂ ਦੇ ਉੱਪਰ ਆ ਚੁੱਕਾ, ਨਹੀਂ ਸਮਝ ਪਾ ਰਹੇ। ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਮੋਦੀਖਾਨੇ ਨਾ ਜਾ ਕੇ ਦਵਾਈ ਲਿਆਓ, ਮੋਸਟ ਵੈਲਕਮ ਲਿਆਓ, ਬਟ ਹਰ ਇੱਕ ਚੀਜ਼ ਸੋਚੋ ਨਾ। ਭਾਅ ਜੀ ਨੂੰ ਟਰਾਂਸਪੋਰਟੇਸ਼ਨ ਦਾ ਖਰਚਾ ਪੈਣਾ, ਲੁਧਿਆਣੇ ਦੇ ਵਿੱਚ ਬਕਾਇਦਾ ਮਾਰਕੀਟ ਮੈਡੀਸਨ ਬਣਦੀ ਹੈ। ਹਰਬੰਸ ਸਿੰਘ ਜੀ ਬਿਲਕੁਲ ਭਾਅ ਜੀ, ਹਰ ਬ੍ਰੈਂਡ 'ਚ ਫਰਕ ਆ, ਲੇਕਿਨ ਇੱਦਾਂ ਤਾਂ ਨਾ ਤੁਸੀਂ ਜੇ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਬਿਲਕੁਲ ਵੀਡੀਓ ਸ਼ੇਅਰ ਕਰੋ ਕਿ ਜੇ ਇੱਕ ਬ੍ਰੈਂਡ ਆ, ਸਪੋਜ਼ ਮੈਂ ਆਹ ਓਕਟੇਵ ਦੀ ਟੀ ਸ਼ਰਟ ਪਾਈ ਹੈ, ਮੈਂ ਜਾ ਕੇ ਦੇਸੀ ਟੀ ਸ਼ਰਟ ਲੈਂਦੀ ਹਾਂ, ਮੈਂ ਅੱਜ 1000 ਰੁਪਏ ਦੀ ਟੀ ਸ਼ਰਟ ਪਾਈ ਹੈ, ਮੈਂ ਨੋਰਮਲ ਦੁਕਾਨਦਾਰ ਕੋਲ ਜਾਂਦੀ, ਭਾਅ ਜੀ ਉੱਥੇ 1000 ਰੁਪਏ ਦੀ ਲਓ, ਤੁਸੀਂ ਤਾਂ ਓਕਟੇਵ ਦੀ 170 ਰੁਪਏ ਦੀ ਵੇਚ ਰਹੇ ਜੇ, ਕੀ ਚੀਜ਼ਾਂ 'ਚ ਫਰਕ ਨਹੀਂ ਹੈ? ਮੈਂ ਸਿਰਫ ਇੱਕ ਤੁਹਾਡੀ ਭੈਣ ਹੋਣ ਦੇ ਨਾਤੇ, ਇੱਕ ਤੁਹਾਡੀ ਦੋਸਤ ਹੋਣ ਦੇ ਨਾਤੇ, ਜਿੰਨੀ ਵੀਡੀਓ ਫੈਲੀ, ਜਿੰਨਾ ਹਰ ਕਿਸੇ ਨੂੰ ਗਲਤ ਮੰਦਾ ਬੋਲਿਆ ਗਿਆ, ਮੈਂ ਸਿਰਫ ਉਸ ਬਿਹਾਵ 'ਤੇ ਤੁਹਾਨੂੰ ਇਹ ਰਿਕੁਐਸਟ ਕਰਾਂਗੀ, ਬੇਨਤੀ ਕਰਾਂਗੀ, ਕਿਸੇ 'ਤੇ ਉਂਗਲ ਨਾ ਚੁੱਕੀਏ। ਦਵਾਈਆਂ ਦੇ ਵਿੱਚ ਬਹੁਤ ਅੰਤਰ ਆ, ਕੋਈ ਦਵਾਈ ਕਿੱਦਾਂ ਦੀ ਹੈ, ਕੋਈ ਦਵਾਈ ਕਿੱਦਾਂ ਦੀ ਹੈ, ਕਿਸੇ 'ਤੇ ਉਂਗਲ ਨਾ ਚੁੱਕੋ। ਭਾਅ ਜੀ ਨੇ ਆਪਣਾ ਕੰਮ ਕਰਨਾ ਹੈ, ਆਪਣਾ ਮੋਦੀਖਾਨਾ ਚਲਾਉਣਾ ਹੈ, ਚਲਾਉਣ, ਕੋਈ ਗੱਲ ਨਹੀਂ। ਮੈਂ ਪਹਿਲੇ ਵੀ ਕਿਹਾ, ਕੋਈ ਸਟੋਰ ਵਾਲਾ ਮੇਰਾ ਰਿਸ਼ਤੇਦਾਰ ਨਹੀਂ, ਕੋਈ ਮੇਰਾ ਭਰਾ ਨਹੀਂ, ਭੈਣ ਨਹੀਂ, ਲੇਕਿਨ ਇਨਸਾਨੀਅਤ ਹੋਣ ਦੇ ਨਾਤੇ ਮੈਂ ਅੱਜ ਲਾਈਵ ਹੋਈ ਕਿ ਹਰ ਕਿਸੇ ਨੂੰ ਗਲਤ ਨਾ ਕਿਹਾ ਜਾਵੇ। ਜੇ ਭਾਅ ਜੀ 5 ਬ੍ਰੈਂਡ ਵਿਖਾ ਸਕਦੇ ਆ ਨਾ, ਤਾਂ ਭਾਅ ਜੀ ਨੂੰ ਕਹੋ ਜਿੰਨਾ ਦੁਕਾਨ ਦੇ ਵਿੱਚ ਬ੍ਰੈਂਡ ਪਿਆ ਨਾ, ਸਾਰੇ ਦਾ ਸਾਰਾ ਵਿਖਾ ਦੇਣ, ਅਤੇ ਸਾਰਾ ਕਹਿ ਦੇਣ ਕਿ ਹਾਂ ਮੈਂ ਬੱਚਿਆਂ ਦੇ ਡੱਬੇ ਤੱਕ ਜਿਹੜੇ ਆ ਉਹ ਮੈਂ ਜੀ 213 ਰੁਪਈਏ ਪ੍ਰਿੰਟ ਆ, ਅਤੇ ਇਹ ਵੀ 13 ਰੁਪਈਏ ਦਾ ਪੈਂਦਾ। ਮੈਂ ਫਿਰ ਭਾਅ ਜੀ ਨਾਲ ਬਿਲਕੁਲ ਮੈਂ ਨਾਲ ਖੜ੍ਹੀ ਹੋਵਾਂਗੀ ਭਾਅ ਜੀ ਦੇ, ਬਟ ਗਲਤ ਅਸੂਲਾਂ ਵੱਲ ਨਾ ਚੱਲੋ, ਨਾ ਇੰਨੀ ਵੀਡੀਓ ਸ਼ੇਅਰ ਕਰਕੇ ਤੁਸੀਂ ਗਲਤ ਹਰ ਕਿਸੇ ਨੂੰ ਜਿਹੜਾ ਪਾਓ, ਕਿਉਂਕਿ ਇਹਦੇ ਵਿੱਚ ਵੀ ਮੇਰੇ ਵੀਰ ਭਰਾ ਜਿਹੜੇ ਆ, ਕੋਈ ਕਿਸੇ ਕੰਮ ਨਾਲ ਰਿਲੇਟਿਡ ਹੋਏਗਾ, ਕੋਈ ਕਿਸੇ ਕੰਮ ਨਾਲ ਹੋਏਗਾ। ਤੁਸੀਂ ਇੰਨੇ ਸਮਝਦਾਰ ਖੁਦ ਹੋ
कि हर चीज़ दे वेचे फर्क हुंदा, कोई भी चीज़ एक तरह की नहीं हुंदी। जे इस गल नूं समझदे हो, जे वह वीडियो वायरल कर सकते हो तो इस भैन की भी करियो कि किसी नूं गलत कहन तो पहले तुसी अपना मोदीखाना चलाना चलाओ। गुरु नानक पातशाह जी के नाम पर तुसी खोलिया है, जे असी गुरु की नगरी च बैठे हाँ गुरु रामदास जी की, असी भी काम करते पे हाँ, लेकिन काम करिए जड़ा इस किरत कमाई ना हो, लुट वाला काम ना हो। उन्हां दी गल बिल्कुल ठीक आ, बट लुट खसुट कोई नहीं करता। हर कोई सोचता मेरे घर बच्चे है, जे वह भाजी ने पिछे 10 स्टाफ रखे आ, आप रखे आ, उन्हां दी भी फैमिली होएगी। जिथे इन्ना वड्डा सैटअप लगाया उहदा भी रेंट होएगा। वह रेंट कोई महाराज ने सानू भेजिया ना, तो उन्होंने कमाई लिए ही भेजिया कि दसवंध कढो, किरत कमाई करो, पर किसी नाल माड़ी ना करो। प्लीज़ इस गल वल जरूर ध्यान दियो। जे किसी ने कोई क्वेश्चन पूछना हो मेरे को पूछो एनी टाइम, तो मैं जवाब देने लिए खड़ी हाँ तुहाडे लिए हर टाइम। अपना नंबर ड्रॉप करांगी। जे वीडियो वध तो वध शेयर कर सकते हो तो वह भाजी तक ये वीडियो पहुँचनी चाहिए है कि किसी नूं गलत ना किया जाए। असी सिख धर्म दे एक हो के असी लोगों के उंगलों चुकते हैं, इदा ना करिए। नहीं, सच्चे पातशाह गुरु रामदास जी सानू ये काम जड़ी है शोभा नहीं दिंदी। मैं भाजी नू कहना चाहवांगी, तो जो बड़े सेवा दे दुलारे ने, तो मेरा वीर अनमोल कवात्रा शामी डेली उत्थे लुधियाने दे विच मे बी दीप होस्पिटल के सामने लाइव हुंदा है, लखां लोगों की सेवा हूँ तक कर चुकिया है। तो मैं चाहवांगी उत्थे जाके सेवा करन, उत्थे उन्नू फ्री दवाइयां देन। जिन्ना असी कर सकते हैं करिए, लेकिन किसी ते उंगल ना चुकीए, ये महाराज सानू नहीं सिखाते। जसवंत सिंह ओलख, उसके बंदे ने नकली दवाई बारे दसिया, असली बारे नहीं दसिया। सर मैं नकली असली की गल ही नहीं की, मैं गल ये की है गौरमेंट नू, प्रशासन नू, जां साडे इत्थों दे MLA MP कौंसलर किसी नू गलत ना कहिए। मैं पहले भी कहा मेरे रिश्तेदार नहीं है, बट वोटां दे असी पाने हैं। सानू पता भी इस बंदे ने साडे कल नू किते साडा दुख सुख बन गया काम आना। हर स्टोर वाले नू भाजी ने फड़िया, हर स्टोर वाले नू इक्को ही गल करती कि मेरा स्टोर नहीं है, मैं स्टोर नहीं करती भी। बट मैनू इस चीज़ का, मैं तुहानू बार बार कहनी हुंनी आ कि मैं इंसानियत दे नाम ते हर टाइम खड़ी हाँ। मेरे भी बच्चे है, मेरी भी फैमिली है, उन्हां दी भी फैमिली होएगी। कमाई करो, जे तुसीं वाकई गुरु रामदास जी दे गुरु नानक पातशाह दे नाम ते कढ़ना है ते दसवंध कढ़ो, कोई गल नहीं, तुहानू कोई मना थोड़ी कर रहा है। पर हर किसी ते इदां उंगल चक दिए वह गल माड़ी है। मेरे नालों तुसीं वध समझदार हो, हर किसी काम च तुसीं भी रुझे हुए हो, हर कोई अपने अपने प्रोफेशन च एक्सपर्ट हुंदा है। ते तुसीं मेरे नालों वध जानदे होवोगे, किसी का सब्जी का काम आ, कपड़े का काम आ, किसी का बिजनेस आ, उन्हूं हर किसी नूं चंगी माड़ी चीज़ का पता है। प्लीज़ वीडियो वध तो वध शेयर करो, ते जिहड़ियां ए इदां दियां वीडियो कोई भी पाउंदा उन्हूं असीं खुद लाइव होके रोकीए, क्योंकि ये गलत आ, किसी ते उंगल ना चुकीए। मेरा सारियां नूं तुहाडा यही धन्नवाद आ, यही रिक्वेस्ट आ, ते यही बेनती आ, जे शेयर कर सकते हो तो वह मेरे वीर जी तक जरूर पहुँचाओ कि सेवा करनी है जरूर करो, पर लोगों नूं जिहड़ा निंदिया करके लोगों नूं विच लिया के इहो जिहियां वीडियो ना पाओ। थैंक यू सो मच।